अमृतसर विच आए दिन ही कोई ना कोई कतल की खबर आती रहती है। एक नवा मामला आ रहा है जी रणजीत एवन्यू, अमृतसर का पोश एरिया रणजीत एवन्यू विच एक नवा केस सामने आया। दसया जाता है कि अज शाम तकरीबन 6 बजे की गल है, इलाके के रणजीत एवन्यू के रहन वाली एक महिला जो घर विच कल्ली सी ते उहदा कतल कर दिता गया। दसया जा रहा है कि जो तस्वीर देखने को मिल रही हैं कि उहदी अलमारियां खुलियां हुई हैं, समान बिखरिया है। जे पुलिस की गल करिए तो पुलिस की तफ्तीश मुताबिक लुट की कोशिश की गई है, तो जे माता वालों रोकया गया तो उन्हें तेज हथियार के नाल गले न गला रेंत के उन्हें मार दिता गया। ये तस्वीर ने अमृतसर के रणजीत एवन्यू इलाके जिथे एक बजुर्ग महिलावा का कतल कर दिता गया। माता जी का सविता खड़ाना ਕਿਹੜੀ ਜਗ੍ਹਾ ਤੇ ਕਰ ਰਣਜੀਤ ਐਵਨਿਊ ਤੇ ਹੋਇਆ ਕੀ ਜੀ ਤੁਹਾਨੂੰ ਕੀ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਉੱਪਰ ਪੀਜੀ ਦੇ ਮੁੰਡੇ ਸੀ ਉਹਨਾਂ ਨੇ ਫੋਨ ਕੀਤਾ ਭਾਈ ਤੁਹਾਡੀ ਮੰਮੀ ਡਿੱਗੇ ਹੋਏ ਆ ਫਿਰ ਮੈਂ ਘਰ ਆਇਆ ਤਾਂ ਘਰ ਆ ਕੇ ਦੇਖਿਆ ਫਿਰ ਮੈਂ ਘਰ ਆ ਕੇ ਦੇਖਿਆ ਤਾਂ ਇੱਥੇ ਐਨ ਡਿੱਗੀ ਹੋਈ ਸੀ ਕੀ ਹੋਇਆ ਕੀ ਸੀ ਉਹਨਾਂ ਇਹ ਸਰ ਮੈਨੂੰ ਨਹੀਂ ਪਤਾ ਕਦੋਂ ਮੈਂ ਘਰ ਆਇਆ ਘਰ ਆ ਕੇ ਵੇਖਿਆ ਡਿੱਗੀ ਹੋਏ ਖੂਨੋ ਖੂਨ ਹੋਏ ਹੋਏ ਸੀ ਕੀ ਲੱਗਦਾ ਕੋਈ ਲੁੱਟ ਨੂੰ ਮਾਰਦਾ ਸੀ ਕੋਈ ਲੁੱਟ ਨਹੀਂ ਮਾਰਦਾ ਲੁੱਟ ਵੀ ਹੋਈ ਹੈ ਸਾਡੀ ਬਾਰੀਆਂ ਖੁੱਲੀਆਂ ਪਈ ਐਸ ਕਿਸੇ ਨੇ ਸਾਰਾ ਲੁੱਟਿਆ ਹੋਇਆ ਸਭ ਕੁਝ ਲੋਕਰ ਲੁੱਕਰ ਬਾਰੀ ਦੇ ਖੁੱਲੇ ਪਏ ਮੇਰੀ ਬਾਰੀ ਵੀ ਖੁੱਲੀ ਪਈ ਸਭ ਕੁਝ ਖੁੱਲਾ ਪਿਆ ਕੀ ਲੈ ਕੇ ਕੀ ਗਏ ਸਾਰੇ ਮੈਨੂੰ ਮੈਂ ਦੇਖਿਆ ਉਹਦੇ ਵਿੱਚ ਉਹਦੀ ਜੇਵਰ ਜੂਵਰ ਮੰਮੀ ਥੋੜ੍ਹੇ ਖਗੇ ਸੀ ਉਹ ਲੈ ਕੇ ਗਏ ਉਹ ਨਹੀਂ ਆ ਨਹੀਂ ਪਤਾ ਸਰ ਬਸ ਜੇਵਰ ਜੂਵਰ ਪਏ ਹੋਏ ਸੀ ਉਹ ਲੁੱਟ ਕੇ ਲੈ ਕੇ ਗਏ ਕੋਈ ਸੀ ਸੀ ਟੀ ਵੀ ਸਾਹਮਣੇ ਆਈ ਸੀ ਸੀ ਟੀ ਵੀ ਸਾਹਮਣੇ ਕੋਈ ਨਹੀਂ ਕੋਈ ਹਲੇ ਨਹੀਂ ਗਲੀ ਦੇ ਵਿੱਚ ਕੋਈ ਸੀ ਸੀ ਟੀ ਵੀ ਲੱਗਾ ਹੋਵੇ ਉਹ ਲੱਗੇ ਹੋਏ ਇੱਕ ਉਹ ਲੱਗੇ ਹੋਏ ਇੱਕ ਸਾਹਮਣੇ ਲੱਗੇ ਹੋਏ ਅਜੇ ਤੱਕ ਕੋਈ ਸਾਹਮਣੇ ਆਇਆ ਹਲੇ ਤੱਕ ਕਿੰਨੇ ਜਣੇ ਨਹੀਂ ਨਹੀਂ ਤੇ ਕੀ ਇਨਸਾਫ ਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੈਂ ਕਹਿੰਦਾ ਮੇਰੇ ਹਿਸਾਬ ਦੋ ਮੇਰੇ ਕਿੰਨੇ ਕਤਲ ਕੀਤੇ ਕਿੰਨੇ ਵੀ ਜੋ ਵੀ ਕੀਤਾ ਮੇਰੀ ਮੰਮੀ ਦਾ ਹਿਸਾਬ ਦੋ ਉਹਨਾਂ ਨੂੰ ਫੜੋ ਜੀ ਕੋਈ ਰੰਜਿਸ਼ ਵਗੈਰਾ ਕੁਝ ਤੇ ਨਹੀਂ ਸੀ ਨਹੀਂ ਜੀ ਨਹੀਂ ਸਰ ਨਹੀਂ ਠੀਕ ਹੈ ਹਾਂਜੀ ਸਰ ਜਿਹੜਾ ਲੇਡੀ ਦਾ ਮਰਡਰ ਹੋਇਆ ਕੀ ਗੱਲ ਬਾਤ ਹੈ ਇਹਦੇ ਵਿੱਚ ਸਾਨੂੰ ਕਰੀਬ 6:30 ਵਜੇ ਦੇ ਕਰੀਬ ਇਤਲਾਹ ਮਿਲੀ ਸੀਗੀ ਵੀ ਇੱਥੇ ਇੱਕ ਘਰ ਦੇ ਵਿੱਚ ਲੇਡੀ ਆ ਉਹਦਾ ਮਰਡਰ ਹੋ ਗਿਆ ਅਸੀਂ ਆ ਕੇ ਦੇਖਿਆ ਉਹ ਲੇਡੀ ਡੈੱਡ ਬੋਡੀ ਦੀ ਲੋਬੀ 'ਚ ਪਈ ਹੈ ਅਤੇ ਤਿਆਰ ਹਥਿਆਰਾਂ ਦੇ ਉੱਤੇ ਨਿਸ਼ਾਨ ਨੇ ਗਲੇ ਦੇ ਵਿੱਚ ਅਤੇ ਇਹ ਲੱਗਦਾ ਹੈ ਕਿਸੇ ਨੇ ਲੁੱਟ ਦੀ ਨਹੀਂ ਇਹਦੇ ਨਾਲ ਹੋ ਸਕਦਾ ਲੇਡੀ ਦਾ ਕੋਈ ਵਿਰੋਧ ਕੀਤਾ ਹੋਵੇ ਤਾਂ ਉਹਨੇ ਮਰਡਰ ਕਰਕੇ ਲੁੱਟ ਖੋ ਕੀਤੀ ਲੱਗਦੀ ਹੈ ਸਰ ਘਰ ਦੇ ਵਿੱਚ ਕਿੰਨੇ ਮੈਂਬਰ ਸੀ ਉਹ ਘਰ ਦੇ 'ਚ ਦੋ ਹੀ ਮੈਂਬਰ ਸੀਗੇ ਇੱਕ ਮਾਂ ਪੁੱਤ ਰਹਿੰਦੇ ਸੀ ਨਾਲ ਉਹਨਾਂ ਦੇ ਘਰ ਦੇ ਉੱਪਰ ਕਿਰਾਏ ਦੇ ਪੀ ਜੀ ਰੱਖਿਆ ਹੋਇਆ 4 ਲੜਕੇ ਰਹਿੰਦੇ ਸੀਗੇ ਸਰ ਕੋਈ ਸੀ ਸੀ ਟੀਵੀ ਫੁਟੇਜ ਸਾਹਮਣੇ ਆਈ ਸੀ ਹਾਂ ਸੀ ਚੈੱਕ ਕਰ ਰਹੇ ਹਾਂ ਸੀ ਟੀਵੀ ਫੁਟੇਜ ਕਰ ਰਹੇ ਚੈੱਕ ਸਰ ਜੋ ਕਲੂ ਮਿਲਦਾ ਉਹ ਦੱਸ ਰਹੇ ਹੋ ਕਿ ਪਤਾ ਲੱਗਾ ਕੀ ਲੁੱਟਿਆ ਨਹੀਂ ਫਿਲਹਾਲ ਉਹਦੇ ਜਿਹੜਾ ਲੜਕਾ ਹੈ ਵਿਸ਼ਾਲ ਉਹਨੂੰ ਪੁੱਛਿਆ ਕਹਿੰਦਾ ਮੈਂ ਚੈੱਕ ਕਰਕੇ ਦੱਸੂਗਾ ਵੀ ਕੀ ਗਾਇਬ ਹੈ ਉਹਦਾ ਲੋਕਰ ਟੁੱਟਾ ਆਇਆ ਵੈਸੇ ਸਰ ਇਹ ਕਿਹੜੀ ਜਗ੍ਹਾ ਤੇ ਘਟਨਾ ਹੋਈ ਹੈ ਇਹ ਏਰੀਆ ਪੈਂਦਾ ਜੀ ਰਣਜੀਤ ਐਵਨਿਊ ਦਾ ਸੀ ਬਲੌਕ ਪੈਂਦਾ ਤੇ ਇਹ ਗਲੀ ਸ਼ਾ ਚੱਕੀ ਵਾਲੀ ਗਲੀ ਹੈ ਬਾਜੀ ਕੋਈ ਰੰਜਿਸ਼ ਤਾਂ ਨਹੀਂ ਇਸ ਸਰ ਪਰਿਵਾਰਿਕ ਮੈਂ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਆ ਚੈੱਕ ਕਰਾਂਗੇ ਕੀ ਇਹਦੇ ਵਿੱਚ ਅੱਗੇ ਫਰਦਰ